Hello everyone, Sasri Meha Tardiapni, Dr. Biba Singh, and welcome to my show Rhythm of Healing, only on just Punjabi. We speak about health, medicine, life, music, and much, much more. Today I have a very special guest. I have a guest who is not only an excellent physician, but also a wonderful soul. And great human being as well. Her name is Dr. Navjot Gotra. Dr. Gotra is an OBGYN who specializes in women's health. Let us welcome Dr. Gotra. Welcome to our show, Doctor Gotra. Hello, Biba. Sasrikal. Thank you for such a nice introduction, Biba. It's good to be here. Yes. ਥੈਂਕ ਯੂ ਡਾਕਟਰ ਗੋਤਰਾ ਐਂਡ ਥੈਂਕ ਯੂ ਕਿ ਤੁਸੀਂ ਆਪਣੇ ਟਾਈਮ ਬਿਜ਼ੀ ਸਕੇਡਿਊਲ ਵਿੱਚੋਂ ਸਾਡੇ ਸ਼ੋਅ ਵਾਸਤੇ ਟਾਈਮ ਕੱਢਿਆ ਸਾਡੇ ਵਿਊਅਰਸ ਵਾਸਤੇ ਬਹੁਤ ਹੀ ਜ਼ਰੂਰੀ ਗੱਲਾਂ ਅੱਜ ਅਸੀਂ ਸ਼ੇਅਰ ਕਰ ਰਹੇ ਹਾਂ ਐਂਡ ਮੇਰਾ ਬਹੁਤ ਹੀ ਦੇਰ ਤੋਂ ਦਿਲ ਸੀ ਕਿ ਵੀ ਵਿਲ ਡੂ ਅ ਸ਼ੋਅ ਔਨ ਔਮਨਸ ਹੈਲਥ ਬਿਕਾਜ਼ ਥੀਸ ਇਸ਼ੂਸ ਆਰ ਸੋ ਇੰਪੋਰਟੈਂਟ ਇਨ ਆਰ ਕਮਿਊਨਿਟੀ ਔਰ ਸਾਡੇ ਲਾਈਕ females ਸਾਡੀ ਕਮਿਊਨਿਟੀ ਵਿੱਚ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਲਾਈਕ ਫੀਮੇਲ ਹੈਲਥ ਇਸ਼ੂਜ਼ ਦੇ ਉੱਤੇ ਕਿਸ ਤਰ੍ਹਾਂ ਉਹਨਾਂ ਨੂੰ ਫਾਲੋ ਅਪ ਕਰਨਾ ਚਾਹੀਦਾ ਹੈ ਔਰ ਕੀ ਜ਼ਰੂਰੀ ਹੈ ਸੋ ਆ ਯੂ نو ਰੀਅਲੀ ਇਟਸ ਐਨ ਆਨਰ ਡਾਕਟਰ ਗੋਤਰਾ ਤੁਸੀਂ ਸਾਨੂੰ ਪਹਿਲਾਂ ਇਹ ਦੱਸੋ ਕਿ ਇੱਕ OBGYN ਕੀ ਹੁੰਦਾ ਹੈ OBGYN ਦਾ ਮਤਲਬ ਹੈ ਕਿ ਉਹ ਡਾਕਟਰ ਜਿਹੜੀ ਊਮਨ ਦੀ ਹਰ ਪ੍ਰੋਬਲਮ ਚਾ ਉਹ ਪ੍ਰੈਗਨੈਂਟ ਹੋਏ ਜਾਂ ਨਾ ਪ੍ਰੈਗਨੈਂਟ ਹੋਏ ਉਹਦੀ ਹਰ ਪ੍ਰੋਬਲਮ ਦੇ ਨਾਲ ਦੀ ਕਰਦਾ ਹੈ ਜਿਹੜੀ ਊਮਨ ਵਾਂਸ ਸ਼ੀ ਟਰਨਸ 13 13 ਸਾਲ ਦੇ ਬਾਅਦ ਉਹਨਾਂ ਦੀ ਹਰ ਬਾਡੀ ਦੇ ਇਸ਼ੂਜ਼ ਮੈਂਸੂਰੇਸ਼ਨ ਪ੍ਰੈਗਨੈਂਸੀ ਗ੍ਰੋਥ ਹਾਈਜੀਨ weight ਹਰ ਤਰ੍ਹਾਂ ਦੇ ਇਸ਼ੂਜ਼ ਨੂੰ ਡਿਸਕਸ ਕਰਦਾ ਹੈ ਤੇ ਟਰੀਟ ਕਰਦਾ ਹੈ ਉਹ OBGYN ਇਵਨ ਹਾਰਮੋਨਲ ਇਸ਼ੂਜ਼ एवरीथिंग ਰਾਈਟ ਯਸ ਹਾਰਮੋਨਲ ਇਸ਼ੂਜ਼ ਯਾ ਮੈਂ ਸਾਰਾ ਕੁਝ A to Z hmm. A to Z I mean ਜੇ ਉਹਨਾਂ ਨੂੰ ਇੱਕ ਇੱਕ ਫੀਮੇਲ ਵੂਮੈਨ ਨੂੰ ਹਮੇਸ਼ਾ ਓਬੀਜੀਵਾਈਨ ਦੇ ਨਾਲ ਆਪਣਾ ਐਨੂਅਲ ਚੈੱਕਅਪ ਹਮੇਸ਼ਾ ਸਾਲੋ ਸਾਲ ਕਰਵਾਉਣਾ ਚਾਹੀਦਾ ਹੈ ਬਿਕੋਜ਼ ਉਹ ਜਦੋਂ ਆਪਣੇ ਪ੍ਰਾਇਮਰੀ ਡਾਕਟਰ ਕੋਲ ਜਾਂਦੇ ਨੇ ਤੇ ਜਿਹੜੀਆਂ ਚੀਜ਼ਾਂ ਡਿਸਕਸ ਹੁੰਦੀਆਂ ਨੇ ਉਹ ਡਿਫਰੈਂਟ ਹੁੰਦੀਆਂ ਨੇ ਜਦੋਂ ਤੁਸੀਂ ਆਪਣੇ ਗਾਇਨੇਕੋਲੋਜਿਸਟ ਕੋਲ ਜਾਂਦੇ ਹੋ ਤੇ ਤੁਸੀਂ ਆਪਣੇ ਸਾਰੇ ਡਿਫਰੈਂਟ ਤਰ੍ਹਾਂ ਦੇ ਇਸ਼ੂਜ਼ ਨੂੰ ਡਿਸਕਸ ਕਰਦੇ ਹੋ ਰਾਈਟ ਤੇ ਡਾਕਟਰ ਗੋਤਰਾ ਤੁਸੀਂ ਦੱਸਿਆ ਕਿ ਔਰਤਾਂ ਆਫਟਰ 13 ਦੀ ਉਮਰ ਤੋਂ ਬਾਅਦ 13 ਸਾਲ ਤੋਂ ਬਾਅਦ ਹਾਊ ਆਫਨ ਸ਼ੁੱਡ ਅ ਊਮਨ ਗੋ ਟੂ ਅ ਜੀਵਾਈਐਨ ਡਾਕਟਰ 13 ਸਾਲ ਦੀ ਉਮਰ ਦੇ ਬਾਅਦ ਹਰ ਊਮਨ ਨੂੰ ਸਾਲ ਚ ਇੱਕ ਵਾਰੀ ਆਪਣਾ ਗਾਇਨੇਕੋਲੋਜਿਸਟ ਚੈੱਕਅਪ ਕਰਵਾਉਣਾ ਚਾਹੀਦਾ ਹੈ ਗਾਇਨੇਕੋਲੋਜਿਸਟ ਚੈੱਕਅਪ ਦਾ ਮਤਲਬ ਜ਼ਰੂਰੀ ਨਹੀਂ ਹੈ ਕਿ ਜਦੋਂ ਤੁਸੀਂ 13 ਸਾਲ ਦੇ ਹੋਗੇ ਤੇ ਅਸੀਂ ਤੁਹਾਡਾ ਪੈਲਵਿਕ ਐਗਜ਼ਾਮ ਹੀ ਕਰਾਂਗੇ ਗਾਇਨੇਕੋਲੋਜਿਸਟ ਚੈੱਕਅਪ ਦਾ ਮਤਲਬ ਹੈ ਕਿ ਤੁਸੀਂ ਜਦੋਂ ਡਾਕਟਰ ਦੇ ਨਾਲ ਜਾਂਦੇ ਹੋ ਤਾਂ ਡਾਕਟਰ ਚੈੱਕ ਕਰਦਾ ਕਿ ਤੁਹਾਡੀ ਗਰੋਥ ਪ੍ਰੋਪਰ ਹੋ ਰਹੀ ਹੈ ਕਿ ਨਹੀਂ ਤੁਹਾਡੀ ਪਰਸਨਲ ਹਾਈਜੀਨ ਕਿਵੇਂ ਹੈ ਤੁਹਾਡੀ ਹੈਲਥ ਈਟਿੰਗ ਹੈਬਿਟਸ ਕੀ ਨੇ ਫਿਰ ਤੁਹਾਨੂੰ ਵੈਕਸੀਨੇਸ਼ਨ ਦੇ ਬਾਰੇ ਜਿਹੜੀਆਂ ਊਮਨ ਦੇ ਨਾਲ ਰਿਲੇਟਡ ਵੈਕਸੀਨੇਸ਼ਨ ਹੁੰਦੀਆਂ ਉਹਦੇ ਬਾਰੇ ਨੌਲੇਜ ਦਿੱਤੀ ਜਾਂਦੀ ਹੈ ਈਵਨ ਪੀਰੀਅਡ ਲਾਈਕ ਮੈਂਸਟ੍ਰੇਸ਼ਨ ਜਦੋਂ ਸ਼ੁਰੂ ਹੁੰਦੀ ਹੈ ਕਈ ਬੱਚੀਆਂ ਨੂੰ ਜਾਂ ਈਵਨ ਯੰਗ ਊਮਨ ਨੂੰ ਬਹੁਤ ਪੇਨ ਹੁੰਦੀ ਹੈ ਮੈਂਸਟ੍ਰੇਸ਼ਨ ਚ ਪੀਰੀਅਡ ਰਿਲੇਟਡ ਇਸ਼ੂਜ਼ ਹੁੰਦੇ ਨੇ ਤੇ ਯੂ نو ਉਹ ਇਸ ਚੀਜ਼ ਵਾਸਤੇ ਜੀਵਾਇਨ ਕੋਲ ਕਾਫੀ ਵੱਡੀ ਨਹੀਂ ਜਾਣਦੇ ਬਟ ਇਹ ਤੇ ਤੁਹਾਡੀ ਸਪੈਸ਼ਲਾਈਜੇਸ਼ਨ ਹੈ ਜਿਸ ਜਿਸ ਚੀਜ਼ ਵਾਸਤੇ ਜਾਣਾ ਚਾਹੀਦਾ ਹੈ ਰਾਈਟ ਬਿਲਕੁਲ ਤੇ ਜਦੋਂ ਬੱਚਿਆਂ ਨੂੰ ਸ਼ੁਰੂ ਸ਼ੁਰੂ ਚ ਗਰਲਸ ਨੂੰ ਪੀਰੀਅਡ ਆਣਾ ਸ਼ੁਰੂ ਹੁੰਦੇ ਨੇ ਤੇ ਨਾਰਮਲੀ ਜਦੋਂ ਅੱਜਕੱਲ ਦੀ ਏਜ 8 10 ਤੋਂ ਲੈ ਕੇ 11 12 ਦੀ ਏਜ ਤੱਕ ਲੋਕ ਬੱਚਿਆਂ ਨੂੰ ਪੀਰੀਅਡ ਆਣਾ ਸ਼ੁਰੂ ਹੋ ਜਾਂਦੇ ਨੇ ਜਦੋਂ ਪੀਰੀਅਡ ਆਉਂਦੇ ਨੇ ਤੇ ਜਨਰਲੀ ਪੀਰੀਅਡ ਪੇਨਫੁਲ ਹੁੰਦੇ ਨੇ ਜਾਂ ਇਰੈਗੂਲਰ ਹੁੰਦੇ ਨੇ ਜੇ ਕਿਉਂਕਿ ਉਹ ਏਜ ਇਹੋ ਜੀ ਹੁੰਦੀ ਹੈ ਕਿ ਜ਼ਿਆਦਾਤਰ ਲੋਕ ਪੀਰੀਓਡਿਸ਼ਨ ਕੋਲ ਚਲੇ ਜਾਂਦੇ ਨੇ ਪਰ ਐਕਚੁਅਲੀ ਪੀਰੀਓਡਿਸ਼ਨ ਉਸ ਚੀਜ਼ ਦੀ ਟ੍ਰੀਟ ਕਰਨ ਵਾਸਤੇ ਨਹੀਂ ਹੈ ਤੁਹਾਨੂੰ ਆਪਣੇ ਗਾਇਨਕੋਲੋਜਿਸ ਕੋਲ ਜਾਣਾ ਚਾਹੀਦਾ ਹੈ ਤਾਂ ਕਿ ਜੇ ਕੋਈ ਹਾਰਮੋਨਲ ਇਸ਼ੂਸ ਹੋਣ ਤੇ ਉਹ ਡਾਕਟਰ ਤੁਹਾਡੀ ਚੈੱਕ ਕਰਕੇ ਮਦਦ ਕਰ ਸਕਦੇ ਹੈ ਰਾਈਟ ਤੁਸੀਂ ਬਹੁਤ ਸਾਰੀ ਲੋਕਾਂ ਨੂੰ ਬਰਥ ਕੰਟਰੋਲ ਪिल्स ਤੋਂ ਡਰ ਲੱਗਦਾ ਹੈ ਕਿ ਹਾਇ ਅਸੀਂ ਉਸ وجہ ਕਰਕੇ ਨਹੀਂ ਲੈਣਾ ਚਾਹੁੰਦੇ ਰਾਈਟ ਫॉर ਕੰਟਰੋਸੈਪਟਿਵ ਬਟ i have seen and heard that birth control pills are used for regulation also for pain also so can you tell us about that yes birth, it's a big myth ki loki an lokan de dimag ch es kal da hai ki birth control len nal kal nu toanu fertility issues ho jande ne toda weight gain ho janda hai actually jehde birth control pills hundiyan ne oh tablets toade period nu regular kardiyan ne je period painful hon te onna de nal help kardiyan ne and if somebody has other issues like ਪ੍ਰੀ ਮੈਂਸਚੁਅਲ ਸਿੰਡਰੋਮ ਜਿਵੇਂ ਪੀਰੀਅਡ ਤੋਂ ਹਾਂ ਤੋਂ ਪਹਿਲਾਂ ਕਈਆਂ ਨੂੰ ਬਹੁਤ ਜ਼ਿਆਦਾ ਪੇਨ ਹੁੰਦੀ ਹੈ ਐਂਜ਼ਾਈਟੀ ਹੁੰਦੀ ਹੈ ਹਾਰਮੋਨਲ ਇਸ਼ੂਜ਼ ਹੁੰਦੇ ਨੇ ਬੱਚੇ ਸਕੂਲ ਨਹੀਂ ਜਾ ਸਕਦੇ ਹੈ ਉਹਨਾਂ ਦੇ ਲਾਈਫ ਸਟਾਈਲ ਨੂੰ ਅਫੈਕਟ ਹੁੰਦਾ ਹੈ ਐਕਚੁਅਲੀ ਬਰਥ ਕੰਟਰੋਲ ਦੀ ਜਿਹੜੀਆਂ ਟੈਬਲੈਟਸ ਹੁੰਦੀਆਂ ਨੇ ਉਹ اسی ਡੋਜ਼ ਦੇ ਚ ਹੁੰਦੀਆਂ ਨੇ ਹਾਰਮੋਨਲ ਪਿਲਸ ਜਿਹੜੀ ਤੁਹਾਡੀ ਬਾਡੀ ਬਣਾਉਂਦੀ ਹੈ ਤੇ ਉਹਦੇ ਸਾਈਡ ਇਫੈਕਟਸ ਜਿਹੜੇ ਨੇ ਉਹ ਬੈਨੀਫਿਟਸ ਨਾਲੋਂ ਕਿਤੇ ਘੱਟ ਹੁੰਦੇ ਨੇ ਤੇ ਵੀ ਆਲਵੇਸ ਗਿਵ ਬਰਥ ਕੰਟਰੋਲ ਅਕੋਰਡਿੰਗ ਟੂ ਪੇਸ਼ੈਂਟ ਤੇ ਆਈ ਊਡ ਆਲਵੇਸ ਸਜੈਸਟ ਮੈਂ ਤੇ ਹਮੇਸ਼ਾ ਸਜੈਸਟ ਕਰਾਂਗੀ ਕਿ ਜਦੋਂ ਵੀ ਪੇਸ਼ੈਂਟ ਨੂੰ ਇਸ਼ੂ ਹੋਣ ਹਮੇਸ਼ਾ ਡਾਕਟਰ ਦੇ ਨਾਲ ਚੈੱਕਅਪ ਕਰਾਏ ਗੱਲਬਾਤ ਕਰੇ ਫਿਰ ਡਾਕਟਰ ਵੀ ਤੁਹਾਨੂੰ ਬਰਥ ਕੰਟਰੋਲ ਤੁਹਾਡੀ ਹਿਸਟਰੀ ਦੇ ਹਿਸਾਬ ਨਾਲ ਹੀ ਦਿੱਤਾ ਜਾਂਦਾ ਹੈ ਰਾਈਟ ਆਮ ਆਲਸੋ ਅ ਮੈਮੋਗ੍ਰਾਮ ਹੁਣ ਇੱਕ ਇੰਨਾ ਵੱਡਾ ਇਸ਼ੂ ਹੈ ਕਿ ਬ੍ਰੈਸਟ ਕੈਂਸਰ ਜੋ ਹੈ ਉਹ ਇਟਸ ਅ ਵੈਰੀ ਕਾਮਨ ਥਿੰਗ ਅਮੰਗ ਔਮਨ ਤੇ ਕਾਫੀ ਜਦੋਂ ਅਸੀਂ ਗੱਲ ਕਰਦੇ ਹਾਂ ਕਮਿਊਨਿਟੀ ਵਿੱਚ ਸਾਡੀਆਂ ਮਾਸੀਆਂ ਚਾਚੀਆਂ ਆਂਟੀਆਂ ਤਾਈਆਂ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਹੈ ਕਿ ਯਾਰ ਮੈਂ ਕਦੋਂ ਲਾਸਟ ਚੈੱਕਅਪ ਕਰਾਇਆ ਸੀ ਬ੍ਰੈਸਟ ਐਗਜ਼ਾਮ ਕਦੋਂ ਕਰਾਇਆ ਸੀ ਸੋ ਕੈਨ ਯੂ ਟੈਲ ਅਸ ਐਟ ਵਟ ਏਜ ਐਂਡ ਹਾਊ ਆਫਨ ਐਂਡ ਹਾਊ ਇਟ ਸ਼ੁੱਡ ਬੀ ਡਨ ਐਂਡ ਵੈਨ ਸ਼ੁੱਡ ਫੀਮੇਲਸ ਗੋ ਫਾਰ ਥਿਸ ਬਿਲਕੁਲ ਜਿਹੜਾ ਕਲੀਨिकल ਬ੍ਰੈਸਟ ਐਗਜ਼ਾਮ ਹੈ ਜਿਹੜਾ ਡਾਕਟਰ ਤੁਹਾਡੀ ਬ੍ਰੈਸਟ ਨੂੰ ਐਗਜ਼ਾਮਨ ਕਰਦਾ ਹੈ ਉਹ 20 ইয়ার্স ਦੀ এজ ਤੇ ਸਟਾਰਟ ਹੋ ਜਾਂਦਾ ਹੈ ਜਿੱਦੂ ਤੁਸੀਂ ਆਪਣੇ ਰੂਟੀਨ ਐਨুয়াল ਚੈੱਕਅਪ ਤੇ ਜਾਂਦੇ ਹੋ ਤਾਂ ਡਾਕਟਰ ਤੁਹਾਡਾ ਐਨুয়াল ਬ੍ਰੈਸਟ ਐਗਜ਼ਾਮ ਕਰਦਾ ਹੈ ਜਦੋਂ ਤੁਸੀਂ 40 ਦੀ ਉਮਰ 'ਚ ਆ ਜਾਂਦੇ ਹੋ ਵੈਨ ਯੂ ਟਰਨ 40 ਤਾਂ ਤੁਹਾਡਾ ਸਾਲ 'ਚ ਇੱਕ ਵਾਰੀ ਜਿਹੜਾ ਮੈਮੋਗ੍ਰਾਮ ਹੈ ਉਹ ਰეკਮੈਂਡਡ ਹੁੰਦਾ ਹੈ ਕਈ ਵਾਰ ਕੀ ਹੁੰਦਾ ਹੈ ਕਿ ਈਵਨ ਡਾਕਟਰ ਤੁਹਾਡਾ ਬ੍ਰੈਸਟ ਐਗਜ਼ਾਮਿਨ ਕਰੇ ਜਾਂ ਤੁਸੀਂ ਆਪਣਾ ਆਪ ਵੀ ਬ੍ਰੈਸਟ ਐਗਜ਼ਾਮਿਨ ਕਰੋ ਜਿਹੜੇ ਕਈ ਵਾਰੀ ਟਿਸ਼ੂ ਦੀਆਂ ਮਾਸਸਿਸ ਇੰਨੇ ਸਮਾਲ ਹੁੰਦੇ ਨੇ ਕਿ ਤੁਹਾਡੇ ਕਲੀਨਿਕਲ ਐਗਜ਼ਾਮਿਨੇਸ਼ਨ ਦੇ ਨਾਲ ਵੀ ਕਈ ਵਾਰੀ ਨਹੀਂ ਪਤਾ ਚੱਲਦਾ ਤਾਂ ਕਿ ਇਟਸ ਵੈਰੀ ਇੰਪੋਰਟੈਂਟ ਤੇ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਇਟਸ ਅ ਪਾਰਟ ਆਫ ਯਰ ਪ੍ਰੀਵੈਂਟਿਵ ਚੈੱਕਅਪ ਫੜੇ ਰੂਟੀਨ ਚੈੱਕਅਪ ਦਾ ਇੱਕ ਪਾਰਟ ਹੁੰਦਾ ਹੈ ਤੁਹਾਨੂੰ 40 ਦੀ ਉਮਰ

um it's not actually that painful par je tusi risk te benefit te jao jehde world vich assi rehne haa jeho jeh food assi khanne haa um genetics jehdiya problem hundiyan ne aajkal if you don't go for preventive checkup regularly te fir cheeza bahut zyada badh jandiyan so it's very important ki apa routinely checkup karaiye taaki je koi cheez by chance paayi vi jaye taaki oda treatment early enough jehda hunda hai oh asaan hunda hai easily doable hunda hai te effective vi hunda hai ਔਰ ਡਾਕਟਰ ਗੋਤਰਾ ਤੁਸੀਂ ਇਹ ਦੱਸੋ ਕਿ ਕਈ ਲੇਡੀਜ਼ ਨੂੰ ਬਹੁਤ ਡਾਇ ਲੱਗਦਾ ਹੈ ਉਹ ਡਾਕਟਰ ਕੋਲ ਜਿਆਦਾ ਜਾਂਦੀਆਂ ਨਹੀਂ ਨੇ ਘਰ ਵਿੱਚ ਕਿੰਨੀ ਵਾਰੀ ਸਾਨੂੰ ਇੱਕ ਆਪਣੇ ਆਪ ਬ੍ਰੈਸਟ ਐਗਜ਼ਾਮ ਕਰਨਾ ਚਾਹੀਦਾ ਹੈ ਔਰ ਕਿਸ ਤਰ੍ਹਾਂ ਮਤਲਬ ਸਿੰਪਲ ਵੇਜ ਕਿਸ ਤਰ੍ਹਾਂ ਚੈੱਕ ਕਰਨਾ ਚਾਹੀਦਾ ਹੈ ਤੇ ਬੈਸਟ ਟਾਈਮ ਹੁੰਦਾ ਆਪਣਾ ਬ੍ਰੈਸਟ ਐਗਜ਼ਾਮ ਕਰਨ ਦਾ ਪੀਰੀਅਡ ਦੇ 5ਵੇਂ ਦਿਨ ਤੇ ਜਦੋਂ ਜਿੱਦੂ ਪੀਰੀਅਡ ਸ਼ੁਰੂ ਹੁੰਦਾ ਉਹਦੇ 5ਵੇਂ ਦਿਨ ਤੋਂ ਤੁਸੀਂ ਆਪਣਾ ਬ੍ਰੈਸਟ ਐਗਜ਼ਾਮਨ ਕਰਦੇ ਹੋ ਤੇ ਬੈਸਟ ਟਾਈਮ ਹੁੰਦਾ ਜਦੋਂ ਤੁਸੀਂ ਆਫਟਰ ਸ਼ਾਵਰ ਵੀ ਨੂ ਟੇਕ ਸ਼ਾਵਰ ਆਫਟਰ ਥੈਟ ਤੁਸੀਂ ਆਪਣਾ ਐਗਜ਼ਾਮਨ ਬ੍ਰੈਸਟ ਐਗਜ਼ਾਮਨ ਕਰੋ ਤੇ ਗੋ ਬਾਈ ਕਲਾਕਵਾਇਜ਼ ਜਿਵੇਂ ਅਸੀਂ ਆਪਣਾ ਫੇਸ ਰੋਜ਼ ਸ਼ੀਸ਼ੇ 'ਚ ਦੇਖਨੇ ਆ ਤੇ ਜਦੋਂ ਆਪਣਾ ਫੇਸ ਅਸੀਂ ਦੇਖਨੇ ਸਾਨੂੰ ਕੋਈ ਵੀ ਪਿੰਪਲ ਹੋਏ ਕੁਝ ਵੀ ਹੋਏ ਸਾਨੂੰ ਕਿਵੇਂ ਜਲਦੀ ਪਤਾ ਚੱਲਦਾ ਦਾਣਾ ਹੋਏ ਕੁਝ ਹੋਏ ਮਾਸ ਹੋਏ ਕੁਝ ਵੀ ਹੋਏ ਹਾਂ ਪਰ ਤਾਂ ਕਰਕੇ ਇਟਸ ਵੈਰੀ ਇੰਪੋਰਟੈਂਟ ਕਿ ਅਪਾ ਜਦੋਂ ਬ੍ਰੈਸਟ ਦਾ ਜੋ ਐਗਜ਼ਾਮੀਨੇਸ਼ਨ ਹੈ ਉਹ ਸਾਨੂੰ ਜੇ ਅਸੀਂ ਹਰ ਮਹੀਨੇ ਆਪਣਾ ਬ੍ਰੈਸਟ ਐਗਜ਼ਾਮੀਨੇਸ਼ਨ ਕਰਾਂਗੇ ਤੇ ਉਹਦੇ ਨਾਲ ਕੀ ਹੋਏਗਾ ਕਿ ਅਸੀਂ ਆਪਣੀ ਬ੍ਰੈਸਟ ਨੂੰ ਹਮੇਸ਼ਾ ਸਾਨੂੰ ਪਤਾ ਲੱਗ ਜਾਏਗਾ ਅਰੇ ਇਹ ਤੇ ਮੈਂ ਕਦੀ ਪਹਿਲਾਂ ਫੀਲ ਨਹੀਂ ਕੀਤਾ ਸੀ ਤਾਂ ਕਰਕੇ ਇਟਸ ਇੰਪੋਰਟੈਂਟ ਕਿ ਤੁਸੀਂ ਜਿਵੇਂ ਬ੍ਰੈਸਟ ਨੂੰ ਕਲੌਕਵਾਈਸ ਜਾਓ ਜਿਵੇਂ 12:00 ਫਿਰ 9:00 ਫਿਰ 6:00 ਜੇ ਇਫ ਯੂ ਕੀਪ ਐਗਜ਼ਾਮੀਨਿੰਗ ਯੂਰ ਬ੍ਰੈਸਟ ਹਰ ਮਹੀਨੇ ਜੇ ਤੁਸੀਂ ਆਪਣਾ ਐਗਜ਼ਾਮਨ ਕਰੋਗੇ ਤਾਂ ਤੁਹਾਨੂੰ ਆਪਣੀ ਬ੍ਰੈਸਟ ਦੀ ਸਾਰੀ ਨੌਲੇਜ ਹੋਏਗੀ ਤੁਹਾਨੂੰ ਪਤਾ ਲੱਗ ਜਾਏਗਾ ਕਿ ਕਿਹੜੀ ਬਾਡੀ ਜਿਹੜਾ ਤੁਹਾਡਾ ਨਾਰਮਲ ਟਿਸ਼ੂ ਹੈ ਤੇ ਕਿਹੜਾ ਨਾਰਮਲ ਨਹੀਂ ਹੈ ਤਾਂ ਕਰਕੇ ਇਟਸ ਵੈਰੀ ਇੰਪ ਜਿਨ੍ਹਾਂ ਲੋਕਾਂ ਦਾ ਪੀਰੀਅਡ ਬੰਦ ਹੋ ਗਿਆ ਹੈ ਉਹਨਾਂ ਨੂੰ ਤੇ ਪੀਰੀਅਡ ਨਹੀਂ ਆ ਰਹੇ ਤਾਂ ਉਹਨਾਂ ਵਾਸਤੇ ਬੈਸਟ ਹੈ ਕਿ ਉਹ ਮਹੀਨੇ ਇੱਕ ਦਿਨ ਪਿਕ ਕਰ ਲੈ ਕੋਈ ਵੀ ਡੇ ਜਿਹੜਾ ਉਹਨਾਂ ਦੀ ਲਾਈਫ ਇਚ ਇੰਪੋਰਟੈਂਟ ਡੇ ਹੈ ਚਲੋ ਮੈਂ ਜਿਵੇਂ ਅਕਟੋਬਰ 10th ਕੋਈ ਵੀ ਇੱਕ ਦਿਨ ਪਿਕ ਕਰ ਲਿਆ ਜਿਵੇਂ 10th ਡੇਟ ਹੈ ਤੇ ਹਰ ਮਹੀਨੇ ਉਸੇ ਡੇਟ ਨੂੰ ਆਪਣਾ ਬ੍ਰੈਸਟ ਐਗਜ਼ਾਮਨ ਕਰਦੇ ਰਹਿ ਅਲਸੋ ਪੈਲਵਿਕ ਐਗਜ਼ਾਮ ਦੀ ਅਸੀਂ ਗੱਲ ਥੋੜੀ ਬਹੁਤ ਕੀਤੀ ਸੀ ਬਟ ਪੈਲਵਿਕ ਐਗਜ਼ਾਮ ਕਦੋਂ ਸ਼ੁਰੂ ਹੋਣਾ ਚਾਹੀਦਾ ਹੈ ਔਰ ਲਾਈਕ ਕਿੰਨੀ ਵਾਰੀ ਹੋਣਾ ਚਾਹੀਦਾ ਹੈ ਯੂ نو ਕਿਸ ਤਰ੍ਹਾਂ ਸਾਡੇ ਵਿਊਅਰਸ ਨੂੰ ਉਹ ਵੀ ਇੱਕ ਵਾਰੀ ਦੱਸੋ ਪਲੀਜ਼ ਤੇ ਪੈਲਵਿਕ ਜਿਹੜਾ ਐਗਜ਼ਾਮੀਨੇਸ਼ਨ ਹੈ ਉਹ ਰეკਮੈਂਡਡ ਹੁੰਦਾ ਜਦੋਂ ਤੁਸੀਂ 21 ਦੇ ਹੋ ਜਾਂਦੇ ਹੋ ਜਦੋਂ ਤੁਸੀਂ ਪੈਲਵਿਕ ਐਗਜ਼ਾਮ ਵਾਸਤੇ ਆਪਣੇ ਰੂਟੀਨ ਚੈੱਕਅਪ ਵਾਸਤੇ ਐਨਵਲ ਚੈੱਕਅਪ ਵਾਸਤੇ ਹੁੰਦੇ ਹੋ ਤਾਂ ਪੈਲਵਿਕ ਐਗਜ਼ਾਮ ਚ ਇਹ ਵੀ ਦੇਖ ਜਿਹੜਾ ਐਗਜ਼ਾਮੀਨੇਸ਼ਨ ਹੁੰਦਾ ਉਹਦੇ ਪਾਰਟ ਇਚ ਪੈਪਸਮੇਅਰ ਕੀਤਾ ਜਾਂਦਾ ਪੈਪਸਮੇਅਰ ਹੁੰਦਾ ਤੁਹਾਡੇ ਸਰਵਿਕਲ ਕੈਂਸਰ ਦਾ ਐਨਵਲ ਸਕਰੀਨਿੰਗ ਟੈਸਟ ਉਹ ਰੂਟੀਨ ਟੈਸਟ ਹੁੰਦਾ ਜਿਹੜਾ ਹਰ ਸਾਲ ਚ every 3 years recommended ਹੁੰਦਾ ਹੈ until unless ਕਿ ਤੁਹਾਨੂੰ ਕੋਈ ਰਿਸਪੈਕਟਰ ਹੋਵੇ ਤੇ ਫਿਰ ਤੁਹਾਨੂੰ ਜਿਆਦਾ ਆਫਨ ਸਾਲ ਚ ਇੱਕ ਵਾਰੀ ਜਾਣਾ ਪੈਂਦਾ ਪਰ ਜੇ ਤੁਸੀਂ ਕੋਈ ਰਿਸਪੈਕਟਰ ਨਹੀਂ ਹੈ ਤੇ ਜੇ ਤੁਸੀਂ 21 ਤੋਂ 30 ਦੀ ਉਮਰ ਚ ਹੋਵੋ ਤੇ ਤੁਹਾਨੂੰ ਜਿਹੜਾ ਪੈਪਸਮੀਅਰ ਹੈ ਜੋ ਕਿ ਸਕਰੀਨਿੰਗ ਟੈਸਟ ਹੈ ਸਰਵਿਕਲ ਕੈਂਸਰ ਦਾ ਉਹ ਸਾਲ ਚ ਇੱਕ ਵਾਰੀ ਕਰਾਉਣਾ ਪੈਂਦਾ ਹੈ ਜਦੋਂ ਤੁਸੀਂ 30 years old ਹੋ ਜਾਂਦੇ ਹੋ ਉਹਦੇ ਬਾਅਦ every 5 years depending upon the risk factors you have okay ਐਂਡ ਹਾਊ ਆਟ ਮੈਨੋਪਾਜ਼ ਜਿਹੜੀ ਅਮ ਲੇਡੀਜ਼ ਨੂੰ ਮੈਨੋਪਾਜ਼ ਹੁੰਦਾ ਹੈ ਬਹੁਤ ਸਾਰੀ ਚੇਂਜਸ ਬਾਡੀ ਵਿੱਚ ਆਂਦੀਆਂ ਨੇ ਕਈ ਲੋਕ ਕਹਿੰਦੇ ਨੇ ਸਾਨੂੰ ਗਰਮੀ ਲੱਗਦੀ ਹੈ ਠੰਡ ਲੱਗਦੀ ਹੈ ਆਈ ਵੀ ਫੀਲ ਅਨਕੰਫਰਟेबल ਐਂਗਜ਼ਾਇਟੀ ਹੁੰਦੀ ਹੌਟ ਫਲੈਸ਼ਸ ਹੁੰਦੀਆਂ ਨੇ ਥੋੜਾ ਮੈਨੋਪਾਜ਼ ਦੇ ਬਾਰੇ ਦੱਸੋ ਔਰ ਕੀ ਮਤਲਬ ਹਾਊ ਡੂ ਯੂ ਟਰੀਟ ਮੈਨੋਪਾਜ਼ ਐਂਡ ਹਾਊ ਡੂ ਯੂ ਹੈਲਪ ਦ ਸਿੰਟਮਸ ਦ ਨਾਰਮਲ ਜਿਹੜੀ ਏਜ ਅ ਯੂਨਾਈਟਿਡ ਸਟੇਟਸ ਦੇ ਜਿਹੜੀ ਨਾਰਮਲ ਏਜ ਹੈ ਜਦੋਂ ਲੋਕਾਂ ਨੂੰ ਮੈਨੋਪੌਜ਼ ਆਉਂਦਾ ਹੈ ਉਹ ਐਫ 51 ਮੈਨੋਪੌਜ਼ ਦਾ ਮਤਲਬ ਹੁੰਦਾ ਹੈ ਕਿ ਜਦੋਂ ਤੁਹਾਨੂੰ 1 ਸਾਲ ਵਾਸਤੇ ਪੂਰੇ ਸਾਲ 'ਚ ਇੱਕ ਵੀ ਵਾਰ ਪੀਰੀਅਡ ਨਹੀਂ ਆਇਆ ਤੇ ਉਹਨੂੰ ਮੈਨੋਪੌਜ਼ ਕਿਹਾ ਜਾਂਦਾ ਹੈ ਮੈਨੋਪੌਜ਼ ਹੋਣ ਦੇ ਬਾਅਦ ਕੀ ਹੁੰਦਾ ਕਿ ਤੁਹਾਡੀ ਬਾਡੀ 'ਚ ਬਹੁਤ ਸਾਰੇ ਹਾਰਮੋਨਲ ਇਸ਼ੂਜ਼ ਆਉਂਦੇ ਨੇ ਹਾਰਮੋਨਲ ਇਸ਼ੂ ਆਉਂਦੇ ਨੇ ਕਿ ਹਾਰਮੋਨਲ ਦੇ ਡਿਸਫੰਕਸ਼ਨ ਦੇ ਕਾਰਨ ਤੁਹਾਡੀ ਬਾਡੀ 'ਚ ਹਾਰਮੋਨਲ ਨੂੰ ਤੇ ਇਸ਼ੂਜ਼ ਆਉਂਦੇ ਉਹਦੇ ਕਰਕੇ ਤੁਹਾਨੂੰ ਨਾਈਟ ਸਵੇਟਸ ਤੁਹਾਨੂੰ ਅਮ ਜਦੋਂ ਤੁਸੀਂ ਇੰਟੀਮੇਟ ਹੁੰਦੇ ਹੋ ਤੁਹਾਨੂੰ ਡਿਸਕੰਫਰਟ ਹੁੰਦਾ ਹੈ ਤੁਹਾਨੂੰ ਨਾਈਟ ਸਵੇਟਸ ਆਉਂਦੇ ਨੇ ਹੌਟ 플ੈਸ਼ਸ ਆਉਂਦੇ ਨੇ ਤਾਂ ਕਰਕੇ ਮੈਨੋਪਾਸ ਦੀ ਜਿਹੜੀ ਏਜ ਹੈ ਉਹ 51 ਹੈ ਤੇ ਮੈਨੋਪਾਸ ਦਾ ਜਿਹੜਾ ਟਰੀਟਮੈਂਟ ਹੈ ਉਹ ਡਿਪੈਂਡਿੰਗ ਹੁੰਦਾ ਹੈ ਪੇਸ਼ੈਂਟ ਦੇ ਦੇ ਸਿੰਪਟਮਸ ਦੇ ਤੇ ਉਹਨਾਂ ਦੇ ਰਿਸਪੈਕਟ ਉਸ ਤੇ ਤੇ ਜੇ ਤੇ ਪੇਸ਼ੈਂਟ ਮੈਨੋਪਾਸ ਦੇ ਕਰਕੇ ਉਹਨਾਂ ਦੇ ਲਾਈਫ ਸਟਾਈਲ ਹੋ ਰਿਹਾ ਅਫੈਕਟ ਹੋ ਰਿਹਾ ਜਿਵੇਂ ਉਹ ਆਪਣਾ ਕੰਮ ਕਾਜ ਨਹੀਂ ਕਰ ਸਕਦੇ ਰਾਤ ਨੂੰ ਉਹਨਾਂ ਦੀ ਨੀਂਦ ਖਰਾਬ ਹੋ ਰਹੀ ਹੈ ਉਹਦੇ ਵਾਸਤੇ ਜਿਹੜੀ ਬਾਡੀ ਚ ਤੁਹਾਡੇ ਹਾਰਮੋਨਸ ਦੀ ਡੈਫੀਸ਼ੀਐਂਸੀ ਹੋ ਜਾਂਦੀ ਹੈ ਉਹਨੂੰ ਅਸੀਂ ਆਊਟਸਾਈਡ ਤੋਂ ਤੁਹਾਨੂੰ ਹਾਰਮੋਨ ਦੇ ਦਿੰਦੇ ਨੇ ਉਹਨੂੰ ਕਹਿੰਦੇ ਨੇ ਹਾਰਮੋਨ ਰਿਪਲੇਸਮੈਂਟ ਥੈਰੇਪੀ ਉਹਦੇ ਚ ਅਸੀਂ ਤੁਹਾਨੂੰ ਹਾਰਮੋਨਸ ਦਿੰਨੇ ਹਾਂ ਜਿਹੜੀਆਂ ਟੈਬਲੈਟਸ ਤੁਸੀਂ ਏਵਰੀ ਡੇ ਲੈਂਦੇ ਹੋ ਤੇ ਉਹਦੇ ਨਾਲ ਤੁਹਾਨੂੰ ਜਿਹੜੇ ਹਾਰਮੋਨ ਦੇ ਡਿਸਫੰਕਸ਼ਨਸ ਹੁੰਦੇ ਨੇ ਜਾਂ ਸਿੰਪਟਮਸ ਆਉਂਦੇ ਨੇ ਉਹ ਬੈਟਰ ਹੋ ਜਾਂਦੇ ਓਕੇ ਅਸੀਂ ਇਸ ਟਾਪਿਕ ਦੇ ਉੱਤੇ ਕੰਟੀਨਿਊ ਕਰਨਾ ਹੈ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਥੈਂਕ ਯੂ ਡਾਕਟਰ ਗੋਤਰਾ ਅਸੀਂ ਗੱਲ ਕਰ ਰਹੇ ਸੀ ਮੈਨੋਪਾਜ਼ ਬਾਰੇ ਐਂਡ ਹਾਰਮੋਨ ਰਿਪਲੇਸਮੈਂਟ ਆਲਸੋ ਤੁਸੀਂ ਦੱਸ ਰਹੇ ਸੀ ਕਿ ਜੋ ਚੇਂਜਸ ਆਉਂਦੀਆਂ ਨੇ ਨਾਈਟ ਸਵੈਟਸ ਇੰਟੀਮੇਸੀ ਵਿੱਚ ਵੀ ਲਾਈਕ ਡਰਾਈਨੈਸ ਆਈ ਥਿੰਕ ਇਸ਼ੂਸ ਆਉਂਦੀਆਂ ਨੇ ਤੇ ਇਹ ਸਭ ਚੀਜ਼ਾਂ ਦੀ ਟ੍ਰੀਟਮੈਂਟ ਹੁੰਦੀ ਹੈ ਲਾਈਕ ਯੂ ਸੈਡ ਹਾਰਮੋਨ ਰਿਪਲੇਸਮੈਂਟ ਥੈਰੇਪੀ ਹੋਰ ਕੀ ਹੋ ਸਕਦਾ ਹੈ ਜੋ ਵਿਮਨ ਨੂੰ ਹੈਲਪ ਕਰ ਸਕਦਾ ਹੈ ਤੇ ਜਦੋਂ ਜਦੋਂ ਪੇਸ਼ੈਂਟ ਦੀ ਮੈਨੋਪੌਸ ਆ ਜਾਂਦਾ ਹੈ ਜੀ ਕਿ ਉਹਨਾਂ ਦੇ ਹਾਰਮੋਨਲ ਡਿਸਫੰਕਸ਼ਨ ਹੁੰਦੇ ਨੇ ਤੇ ਉਹਨਾਂ ਦੇ ਬਿਕੋਜ਼ ਇੱਕ ਹਾਰਮੋਨ ਜਿਹੜਾ ਬਾਡੀ 'ਚ ਹੁੰਦਾ ਹੈ ਉਹਨੂੰ ਕਹਿੰਦੇ ਨੇ ਐਸਟ੍ਰੋਜਨ ਉਹ ਬਾਡੀ ਜਿਹੜਾ ਤੁਹਾਡੇ ਹਾਰਮੋਨ ਜੀ ਦੀ ਡੈਫੀਸ਼ੈਂਸੀ ਹੋ ਜਾਂਦੀ ਹੈ ਤਾਂ ਕਰਕੇ ਤੁਹਾਨੂੰ ਉਹ ਸਾਰੇ ਸਿੰਪਟਮਸ ਆਣਾ ਸ਼ੁਰੂ ਹੋ ਜਾਂਦੇ ਨੇ ਤੇ ਜਿਵੇਂ ਬਹੁਤ ਸਾਰੀ ਲੇਡੀਆਂ ਹੁੰਦੀਆਂ ਨੇ ਉਹ ਸ਼ਾਈ ਹੁੰਦੀਆਂ ਨੇ ਉਹਨਾਂ ਨੂੰ ਕਈ ਵਾਰੀ ਪ੍ਰੋਬਲਮ ਵੀ ਹੁੰਦੀ ਤਾਂ ਵੀ ਉਹ ਡਾਕਟਰ ਕੋਲ ਨਹੀਂ ਜਾਂਦੀਆਂ ਬਿਕੋਜ਼ ਦੇ ਆਰ ਦੇ ਆ ਲिटल ਬਿਟ ਸ਼ਾਈ ਅਬਾਊਟ ਇਟ ਰਾਈਟ ਤਾ ਉਹ ਉਹਨਾਂ ਨੂੰ ਜਿਵੇਂ ਡਰਾਈਨੈਸ ਹੋਵੇ ਉਹਨਾਂ ਦੀ ਇੰਟੀਮੇਟ ਸੀਜ ਪੇਨਫੁਲ ਹੋਵੇ ਤੇ ਉਹਦੇ ਵਾਸਤੇ ਕਈ ਸਾਰੇ ਟਰੀਟਮੈਂਟ ਹੁੰਦੇ ਨੇ ਪਹਿਲਾ ਸਭ ਤੋਂ ਜਿਹੜਾ ਵੈਰੀ ਈਜ਼ੀ ਵਨ ਹੈ ਕਿ ਆਪਾਂ ਉਹਨਾਂ ਨੂੰ ਪੇਸ਼ੈਂਟ ਨੂੰ ਰეკਮੈਂਡ ਕਰੀਦਾ ਕਿ ਤੁਸੀਂ ਜਿਹੜੇ ਓਵਰ ਦਾ ਕਾਊਂਟਰ ਲੂਬ੍ਰਿਕੈਂਟ ਹੈ ਉਹ ਟਰਾਈ ਕੀ ਕਰੋ ਓਕੇ ਕਈ ਪੇਸ਼ੈਂਟ ਹੁੰਦੇ ਨੇ ਉਹਨਾਂ ਦੇ ਬਾਵਜੂਦ ਵੀ ਉਹਨਾਂ ਨੂੰ ਜੇ ਉਹਦਾ ਟਰੀਟਮੈਂਟ ਦੇ ਨਾਲ ਨਾ ਫਰਕ ਪਿਆ ਤੇ ਸੈਕੰਡ ਹੁੰਦੀ ਹੈ ਆਪਾਂ ਐਸਟ੍ਰੋਜਨ ਦੀ ਕਰੀਮ ਜਾਂ ਸਪੋਜ਼ਿਟਰੀਜ਼ ਪ੍ਰੈਸਕ੍ਰਾਈਬ ਕਰੀ ਦਿਆ ਨੇ ਉਹ ਸਿਰਫ ਇੱਕ ਡਾਕਟਰ ਹੀ ਤੁਹਾਨੂੰ ਪ੍ਰੈਸਕ੍ਰਿਪਸ਼ਨ ਦੇ ਸਕਦਾ ਹੈ ਆਫਟਰ ਚੈਕਿੰਗ ਯੂ ਤੇ ਤੁਹਾਡੇ ਬਾਕੀ ਦੇ ਰਿਸਪੈਕਟਸ ਨੂੰ ਰੂਲ ਆਊਟ ਕਰਨ ਦੇ ਬਾਅਦ ਉਹ ਜਿਹੜੀ ਕਰੀਮ ਹੈ ਤੁਸੀਂ ਆਪਣੀ ਪ੍ਰਾਈਵੇਟ ਆਰਗਨਸ ਵਿੱਚ ਯੂਜ਼ ਕਰਦੇ ਹੋ ਤੇ ਉਹਦੇ ਨਾਲ 20 ਜਿਹੜੀ ਡਰਾਈਨੈਸ ਹੈ ਉਹ ਬੈਟਰ ਹੋ ਜਾਂਦੀ ਹੈ ਜੇ ਤੁਹਾਨੂੰ ਡਰਾਈਨੈਸ ਬੈਟਰ ਹੁੰਦੀ ਹੈ ਐਂਡ ਯੂ ਫੀਲ ਉਹ ਸਿੰਪਟਮਸ ਜਿਹੜੇ ਨੇ ਤੁਹਾਡੇ ਡਿਕਰੀਸ ਹੋ ਜਾਂਦੇ ਤੇ ਡਾਕਟਰ ਗੋਤਰਾ ਯੂ نو ਅਸੀਂ ਗੱਲ ਕਰ ਹੀ ਰਿਹਾ ਹਾਂ ਇਸ ਟਾਪਿਕ ਦੇ ਉੱਤੇ ਐਂਡ ਤੁਸੀਂ ਇੱਕ ਪੰਜਾਬੀ ਤੁਸੀਂ ਇੱਕ ਇੰਡੀਅਨ OBGYN ਹੋ ਔਰ ਮੈਨੂੰ ਇਹ ਚੀਜ਼ ਬਹੁਤ achhi laggi because even as a woman even i don't want to go to somebody who is like a man or maybe not you know i'm not comfortable but everybody is different so jdi sari viewers dekh riyan hain aaj lady viewers dekh riyan hain jo shayad tade ko li aana chaan ya tonu ek consultation uh, i think tusi aaj kal covid karke Uh, doctors online we consultation karene and then agar kuch further karna ho office the office. i mean there are so many options right so where can mm -hmm. our viewers reach you ਉਹ ਸਾਨੂੰ ਦੋ ਤਿੰਨ ਤਰੀਕਿਆਂ ਨਾਲ ਰੀਚ ਆਊਟ ਕਰ ਸਕਦੇ ਨੇ ਸਾਡਾ ਆਫਿਸ ਨੰਬਰ ਹੈ ਜਿਹੜਾ 012391818 ਦੇ ਆਫਿਸ ਨੰਬਰ ਤੇ ਕਦੀ ਵੀ ਕਾਲ ਕਰਕੇ ਅਪਾਇੰਟਮੈਂਟ ਬਣਾ ਸਕਦੇ ਨੇ ਫਿਰ ਆਨਲਾਈਨ ਜੇ ਅੱਜ ਕੱਲ ਪੇਸ਼ੈਂਟ ਬਿਜ਼ੀ ਹੁੰਦੇ ਨੇ ਤੇ ਆਨਲਾਈਨ ਈਜ਼ੀ ਐਕਸੈਸ ਹੁੰਦਾ ਹੈ ਆਨਲਾਈਨ ਜੇ ਅਪਾਇੰਟਮੈਂਟ ਬਣਾਨੀ ਹੋਏ ਤੇ exact.com ਐਕਸੈਸ ਈਜ਼ੀ ਐਕਸੈਸ ਇਟਸ ਅ ਫ੍ਰੀ ਆਨਲਾਈਨ ਵੇਅ ਯੂ ਕੈਨ ਡਾਕਟਰਸ ਦੇ ਸਾਡੇ ਨਾਲ ਜਿਵੇਂ ਜੋ ਸਰਚ ਕਰਨਗੇ ਡਾਕਟਰ ਨਵਜੋਤ ਗੋਤਰਾ OBGYN ਦੇਖੇ ਨਾਲ ਦੇਖੇ ਅਪਾਇੰਟਮੈਂਟ ਐਂਡ ਅਗਰ ਤੁਸੀਂ ਵੈਸੇ 베ਸਡ ਨਿਊ ਜਰਸੀ ਵਿੱਚ ਹੋ ਬਟ ਨਿਊਯਾਰਕ ਕਨੇਟਿਕਟ ਪੈਂਸਿਲਵੇਨੀਆ ਕੋਈ ਵੀ ਤੁਹਾਡੇ ਕੋਲ ਆ ਸਕਦਾ ਹੈ ਔਰ ਅਗਰ ਤੇ ਆਊਟ ਆਫ ਸਟੇਟ ਵੀ ਕੋਈ ਹੋਏ ਤੇ ਅੱਜਕੱਲ ਟੈਲੀ ਹੈਲਥ ਵੀ ਕਰ ਸਕਦਾ ਹੈ ਤੁਹਾਡੇ ਨਾਲ ਰਾਈਟ ਹਾਂਜੀ ਬਿਲਕੁਲ ਟੈਲੀ ਹੈਲਥ ਅਸੀਂ ਸਿਰਫ ਜਿਹੜੇ ਗਾਇਨਕੋਲੋਜੀਕ ਪੇਸ਼ੈਂਟ ਨੇ ਜਿਨ੍ਹਾਂ ਦੀ ਪ੍ਰੋਬਲਮਸ ਹੈ ਉਹਨਾਂ ਵਾਸਤੇ ਹੀ ਸਿਰਫ ਟੈਲੀ ਹੈਲਥ ਜਿਹੜੀਆਂ ਕਰ ਸਕਨੇ ਹਾਂ ਜਿਹੜੇ ਪ੍ਰੈਗਨੈਂਟ ਪੇਸ਼ੈਂਟ ਹੁੰਦੇ ਨੇ ਉਹਨਾਂ ਨੂੰ ਤੇ ਸਾਨੂੰ ਆਫਿਸ 'ਚ ਹੀ ਦੇਖਣਾ ਪਵੇ ਆਫਕੋਰਸ ਆਫਕੋਰਸ ਅਮ ਡਾਕਟਰ ਗੋਤਰਾ ਮੈਂ ਇੱਕ ਬਹੁਤ ਹੀ आई गेस सेंसिटिव टॉपिक ਤੇ ਗੱਲ ਕਰਨ ਲੱਗੀਆਂ ਕਿ ਸਾਡੇ ਤੁਸੀਂ ਕਿਹਾ ਸੀ ਕਿ ਸਾਡੇ ਕਲਚਰ ਵਿੱਚ ਲੋਕ ਸ਼ਾਈ ਹੁੰਦੇ ਨੇ ਐਸ ਚੀਜ਼ ਬਾਰੇ ਗੱਲਬਾਤ ਨਹੀਂ ਕਰਦੇ ਬਟ ਵਿਮਨਸ ਹੈਲਥ ਇਸ਼ੂਜ਼ ਦੇ ਨਾਲ ਇੰਟੀਮੇਸੀ ਤੁਹਾਡੀ ਜੋ ਪਰਸਨਲ ਰਿਲੇਸ਼ਨਸ਼ਿਪ ਹੈ ਤੁਹਾਡੀ ਪ੍ਰੋਬਲਮਸ ਵੀ ਹੁੰਦੀਆਂ ਨੇ ਸੋ ਇਹ ਐਨੀ ਈਜ਼ੀ ਫਿਕਸ ਫਿਕਸਡ ਹੋਣ ਵਾਲੀ ਚੀਜ਼ਾਂ ਨਹੀਂ ਯੂ نو ਜੋ ਆਈ ਥਿੰਕ ਕਿ ਅਗਰ ਸਾਡੀ ਕਲਚਰ ਵਿੱਚ ਵਿਮਨ ਥੋੜਾ ਓਪਨ ਹੋ ਕੇ ਡਾਕਟਰ ਨੂੰ ਵਿਜ਼ਿਟ ਕਰਨਗੇ ਤੇ ਗੱਲਬਾਤ ਕਰਨਗੇ ਤੇ ਉਹਨਾਂ ਨੂੰ ਮਤਲਬ ਉਹਨਾਂ ਦੀ ਕੁਆਲਿਟੀ ਆਫ ਲਾਈਫ ਮੱਚ ਬੈਟਰ ਹੋ ਸਕਦੀ ਹੈ ਰਾਈਟ ਹਾਂਜੀ ਬਿਲਕੁਲ ਡਾਕਟਰ ਬੀਬਾ ਸਿੰਘ ਤੁਸੀਂ ਬਿਲਕੁਲ ਸਹੀ ਕਿਹਾ ਬਿਲਕੁਲ ਸਹੀ ਕਿਹਾ ਕਈ ਕਈ ਵਾਰੀ ਕੀ ਹੁੰਦਾ ਕਿ ਸਾਨੂੰ ਨੌਲੇਜ ਨਹੀਂ ਹੁੰਦੀ ਨੌਲੇਜ ਨਾ ਹੋਣ ਦੀ ਵਜ੍ਹਾ ਨਾਲ ਅਸੀਂ ਡਾਕਟਰ ਕੋਲ ਨਹੀਂ ਜਾਈਂਦਾ ਬਟ ਇਟ ਇਜ਼ ਇੰਪੋਰਟੈਂਟ ਕਿ ਆਪਾਂ ਡਾਕਟਰ ਦੇ ਨਾਲ ਵਿਜ਼ਿਟ ਕੀਜੀਏ ਕਰੀਏ ਤਾਂ ਕਿ ਬਿਕਾਜ਼ ਆ ਮੈਨੋਪੌਜ਼ ਦੇ ਜਿਹੜੇ ਇਸ਼ੂ ਹੁੰਦੇ ਨੇ ਤੁਹਾਨੂੰ ਤੁਸੀਂ 51 ਦੀ ਏਜ ਤੇ ਤੁਹਾਡਾ ਮੈਨੋਪੌਜ਼ ਹੋ ਜਾਂਦਾ ਹੈ ਹਜੇ ਤੁਹਾਡੀ ਲਾਈਫ ਸਪੈਨ ਇੰਨਾ ਜ਼ਿਆਦਾ ਹੈ ਵਾਈਟ ਟੂ ਸਫਰ ਇਹ ਤੁਸੀਂ ਆਪਣੇ ਡਾਕਟਰ ਕੋਲ ਜਾਓਗੇ ਤੇ ਡਾਕਟਰ ਤੁਹਾਨੂੰ ਬਹੁਤ ਸਾਰੇ ਆਪਸ਼ਨਸ ਦੇ ਸਕਦੇ ਨੇ ਜਿਵੇਂ ਵਾਜినਲ ਜਿਹੜੀ ਕਰੀਮ ਹੈ ਇਟਸੋ ਈਜ਼ੀ ਟੂ ਯੂਜ਼ ਇਟਸ ਯੂ ਕੈਨ ਯਾ ਇਟਸ ਵੈਰੀ ਈਜ਼ੀ ਟੂ ਯੂਜ਼ ਇਟ ਕਈ ਵਾਰੀ ਹੁੰਦਾ ਹੈ ਕਿ ਤੁਹਾਡੇ ਕਈ ਚੀਜ਼ਾਂ ਨਾ ਸ਼ੇਅਰ ਕਰਨ ਨਾਲ ਤੁਹਾਡੇ ਆਪਸ ਦੇ ਪਰਸਨਲ ਰਿਲੇਸ਼ਨਸ਼ਿਪਸ ਵੀ ਅਫੈਕਟ ਹੁੰਦੇ ਨੇ

ਈਵਨ ਯੂਰਨ ਇਨਫੈਕਸ਼ਨ ਯੂਰਨਰੀ ਟ੍ਰੈਕਟ ਇਨਫੈਕਸ਼ਨ ਲਾਈਕ ਯਾ ਨੂੰ ਪਸ਼ਾਬ ਬਹੁਤ ਜ਼ਿਆਦਾ ਆਂਦਾ ਹੈ ਜਾਂ ਦਰਦ ਹੁੰਦੀ ਹੈ ਜਾਂ ਬਰਨਿੰਗ ਹੁੰਦੀ ਹੈ ਤੇ ਇਹ ਚੀਜ਼ ਵਾਸਤੇ ਵੀ ਜੀਵਾਈਐਨ ਓਬੀਜੀਵਾਈਐਨ ਕੋਲ ਜਾਣਾ ਬਹੁਤ ਜ਼ਰੂਰੀ ਹੁੰਦਾ ਹੈ ਰਾਈਟ ਹਾਂਜੀ हां जी, जी तो यूरिन इंफेक्शन जेडी बहुत कॉमन है हुँ. कि कि बड़े सारे रिस्क फैक्टर होते हैं यूरिन इंफेक्शन दे वास्ते जवें स्ट्रेस हो गया ਹਾਨੀ ਕੱਟ ਪੀਨ ਕਰਕੇ ਹੋ ਗਿਆ ਪਰਸਨਲ ਹਾਈਜੀਨ ਕਰਕੇ ਹੋ ਗਿਆ ਜਿਵੇਂ ਡਾਇਬੀਟਿਕ ਹੁੰਦੇ ਨੇ ਉਹਨਾਂ ਨੂੰ ਜ਼ਿਆਦਾ ਰਿਸਪੈਕਟਡ ਹੁੰਦੇ ਨੇ ਕਿਉਂਕਿ ਉਹਨਾਂ ਦੀ ਅਨ ਕੰਟਰੋਲ ਜੀ ਡਾਇਬੀਟੀਜ਼ ਹੋਏ ਤੇ ਯੂਰਿਨ ਇਨਫੈਕਸ਼ਨ ਜੇ ਕਈ ਲੋਕੀ ਕੀ ਹੁੰਦਾ ਕਿ ਕਈ ਵਾਰੀ ਉਹ ਲੋਕ ਹਫਤਾ ਦੋ ਹਫਤਾ ਟਰੀਟ ਨਹੀਂ ਕਰਾਂਦੇ ਹੈ ਪਰ ਦੇ ਸ਼ੁੱਡ ਜਦੋਂ ਤੁਹਾਨੂੰ ਸਿੰਪਟਮਸ ਆਣਾ ਸ਼ੁਰੂ ਹੋਏ ਤੇ ਤੁਹਾਨੂੰ 1-2 ਦਿਨ ਦੇ ਅੰਦਰ ਅੰਦਰ ਡਾਕਟਰ ਦੇ ਨਾਲ ਅਪੌਇੰਟਮੈਂਟ ਬਣਾਨੀ ਚਾਹੀਦੀ ਹੈ ਕਿਉਂਕਿ ਜੇ ਯੂਰਿਨ ਇਨਫੈਕਸ਼ਨ ਵਰਸ ਹੋ ਜਾਏ तो वर्टी किडनीज नु ਵੀ ਅਫੈਕਟ ਕਰ ਸਕਦਾ ਹੈ ਤੇ ਯੂਰਿਨ ਇਨਫੈਕਸ਼ਨ ਵਾਸਤੇ ਜਦੋਂ ਤੁਸੀਂ ਡਾਕਟਰ ਕੋਲ ਚੈੱਕਅਪ ਕਰਾਉਂਦੇ ਹੋ ਆਪਣੇ ਗਾਇਨਕੋਲੋਜਿਸ ਕੋਲ ਉਹ ਤੁਹਾਨੂੰ ਐਂਟੀਬਾਇਓਟਿਕਸ ਤੇ ਬਾਕੀ ਡਾਈਟਰੀ ਰੈਸਟ੍ਰਿਕਸ਼ਨਸ ਦੇ ਬਾਰੇ ਨੌਲੇਜ ਦਿੰਦੇ ਤੇ ਪਾਣੀ ਵੀ ਕਾਫੀ ਪੀਣਾ ਚਾਹੀਦਾ ਚਾਹੀਦਾ ਪਾਣੀ ਤੇ ਆਈ ਥਿੰਕ ਅਸੀਂ ਸਾਰੇ ਹੀ ਬਹੁਤ ਘੱਟ ਪੀਨੇ ਆ ਬਟ ਪੀਣਾ ਚਾਹੀਦਾ ਰਾਈਟ ਅਮ ਇੱਕ ਹੋਰ ਚੀਜ਼ ਮੈਂ ਗੱਲ ਕਰਨਾ ਚਾਹਾਂਗੀ ਬਿਕਾਜ਼ ਆਈ ਹੈਵ ਬੀਨ ਥਰੂ ਇਟ ਬੀਇੰਗ ਅ ਗਰਲ ਹੂ ਵਾਸ ਬੋਰਨ ਐਂਡ ਰੇਜ਼ਡ ਇਨ ਦ ਯੂਐਸ ਆਰ ਕਾਫੀ ਸਾਡੇ ਈ ਵਿਊਅਰਸ ਜੋ ਦੇਖ ਰਹੇ ਨੇ ਜਾਂ ਯੰਗ ਕੁੜੀਆਂ ਨੇ ਜਾਂ ਮਦਰਸ ਨੇ ਜਾਂ ਗ੍ਰੈਂਡ ਮਦਰਸ ਨੇ ਜਿਨ੍ਹਾਂ ਦੀ ਯੂ نو ਬੱਚੀਆਂ ਨੇ ਐਂਡ ਯੂ نو ਇਟਸ ਵੈਰੀ ਐਮਬੈਰਸਿੰਗ ਸਮ ਟਾਈਮ ਸਾਡੇ ਕਲਚਰ ਵਿੱਚ ਪੀਰੀਅਡ ਬਾਰੇ ਗੱਲ ਕਰਨਾ ਵੀ ਐਮਬੈਰਸਿੰਗ ਹੈ ਜਾਂ ਆਈ ਮੀਨ ਕੁਝ ਇੰਟੀਮੇਸੀ ਬਾਰੇ ਹੁਣ ਅੱਜ ਕੱਲ ਦੇ ਬੱਚੇ ਆਈ ਮੀਨ 18 19 16 ਯੂ ਨੇਵਰ نو ਸਕੂਲਸ ਟਿਕੀ ਹੋ ਰਿਹਾ ਜਾਂ ਬੱਚੇ ਬॉयਜ਼ ਐਂਡ ਗਰਲਸ ਕੀ ਕਰ ਰਹੇ ਨੇ ਔਰ ਸੈਕਸ਼ੂਅਲੀ ਟ੍ਰਾਂਸਮਿਟਿਡ ਡਿਜ਼ੀਜ਼ਸ ਇਨਫੈਕਸ਼ਨਸ ਆਲ ਥੀਸ ਥਿੰਗਸ ਆਰ ਵੈਰੀ ਕਾਮਨ ਸੋ ਆਈ ਥਿੰਕ ਕਿ ਜਿਹੜੀ ਮਦਰਸ ਲਾਈਕ ਉਹਨਾਂ ਨੂੰ ਪਤਾ ਹੈ ਕਿ ਯਾਰ ਮੇਰੀ ਡਾਟਰ ਜਾਂ son teenageers ਆ ਰਹੇ ਨੇ ਤੇ ਸਪੈਸ਼ਲੀ ਅਸੀਂ ਵਿਮਨਸ ਹੈਲਥ ਬਾਰੇ ਗੱਲ ਕਰ ਰਹੇ ਹਾਂ ਸਮ ਟਾਈਮਸ ਉਹ ਖੁਦ ਨਹੀਂ ਗੱਲ ਕਰ ਸਕਦੇ ਬਟ ਡੋਨਟ ਯੂ ਥਿੰਕ ਦੈਟ ਇਟਸ ਸਮਥਿੰਗ ਇੰਪੋਰਟੈਂਟ ਫॉर ਔਮਨ ਟੂ ਟੇਕ देयर ਡਾਟਰਸ ਸੋ ਦੈਟ ਦੇ ਕੈਨ ਟਾਕ ਟੂ देयर ਡਾਕਟਰ ਐਂਡ ਟੈਲ them ਲਾਈਕ ਵਾਟ ਇਜ਼ ਗੋਇੰਗ ਔਨ ਰਾਈਟ ਹਾਂਜੀ ਤੇ ਜਿਹੜੀ ਅਸੀਂ ਤੁਸੀਂ ਉਹਨੇ ਗੱਲ ਕੀਤੀ ਜਿਵੇਂ ਸੈਕਸ਼ੂਅਲੀ ਟ੍ਰਾਂਸਮਿਟਿਡ ਡਿਜ਼ੀਜ਼ ਹੈ ਇਟਸ ਵੈਰੀ ਕਾਮਨ ਕਈ ਵਾਰ ਕੀ ਹੁੰਦਾ ਕਿ ਅਸੀਂ ਆਪਣੇ ਆਪਣੇ ਬੱਚਿਆਂ ਨੂੰ ਡਾਕਟਰਸ ਦੇ ਕੋਲ ਨਹੀਂ ਚੈੱਕਅਪ ਕਰਾਉਂਦੇ ਜਦੋਂ ਉਹ 13 ইয়ারਸ ਦੇ ਹੋ ਜਾਂਦੇ ਨੇ ਤੇ ਜਨਰਲੀ ਜਦੋਂ ਉਹ ਆਉਂਦੇ ਨੇ ਅਸੀਂ ਉਹਨਾਂ ਦਾ ਪੈਲਵਿਕ ਐਗਜ਼ਾਮ ਨਹੀਂ ਕਰੀਦਾ ਕਿਉਂਕਿ ਬੱਚੇ ਛੋਟੇ ਹੁੰਦੇ ਹੈ ਅਗਰ ਕਿ ਉਹ ਉਸ ਟਾਈਮ ਤੇ ਉਹਨਾਂ ਦਾ ਫਿਰ ਉਹੀ ਗੋਨੋਰੀਆ ਤੇ ਕਲੈਮੀਡੀਆ ਦਾ ਟੈਸਟ ਹੁੰਦਾ ਜੋ ਕਿ ਯੂਰিন ਦੇ ਥਰੂ ਹੀ ਹੁੰਦਾ ਹੈ ਤੇ ਉਹਦੇ ਨਾਲ ਕੀ ਹੈ ਹਰ ਸਾਲ 'ਚ ਇੱਕ ਵਾਰੀ ਉਹਨਾਂ ਦਾ ਐਰ ਟੈਸਟ ਹੋਣਾ ਜ਼ਰੂਰੀ ਹੈ ਕਈ ਵਾਰ ਇਹ ਇਨਫੈਕਸ਼ਨ ਜੇ ਤੁਸੀਂ ਤੁਸੀਂ ਨਾ ਟਰੀਟ ਕਰਾਓ ਤੇ ਤੁਹਾਨੂੰ ਕ੍ਰੋਨਿਕ ਪੈਲਵਿਕ ਪੇਨ ਹੋ ਸਕਦੀ ਹੈ ਕੱਲ ਨੂੰ ਤੁਹਾਨੂੰ ਇਨਫਰਟਿਲਿਟੀ ਦੇ ਇਸ਼ੂਸ ਹੋ ਸਕਦੇ ਨੇ ਜੋ ਚੀਜ਼ ਟੈਬਲੇਟਸ ਦੇ ਨਾਲ इजीली ਟਰੀਟ ਹੋ ਸਕਦੀਆਂ ਨੇ ਉਹ ਚੀਜ਼ਾਂ ਕੱਲ ਨੂੰ ਲੇਟਰ ਔਨ ਇਸ਼ੂਸ ਬਣ ਜਾਂਦੀਆਂ ਨੇ ਜਦਕਿ ਫਿਰ ਬਾਅਦ ਚ ਉਹਨਾਂ ਨੂੰ ਟਰੀਟ ਕਰਨਾ ਮੁਸ਼ਕਿਲ ਹੁੰਦਾ ਬੱਚੇ ਨਹੀਂ ਹੁੰਦੇ ਬਾਅਦ ਵਿੱਚ ਉਹਨਾਂ ਨੂੰ ਸਾਲ ਇੱਕ ਵਾਰੀ ਰეკਮੈਂਡਡ ਹੈ ਬਿਲਕੁਲ ਉਹਨਾਂ ਨੂੰ ਸਾਲ ਚ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਣਾ ਚਾਹੀਦਾ ਹੈ ਚੈੱਕਅਪ ਕਰਵਾਉਣਾ ਚਾਹੀਦਾ ਹੈ ਐਂਡ ਆਈ ਥਿੰਕ ਇੱਕ ਆਪਸ ਵਿੱਚ ਗੱਲਬਾਤ ਵੀ ਕਰਨਾ ਜ਼ਰੂਰੀ ਹੈ ਆਈ ਥਿੰਕ ਜਿਹੜੀ ਸਾਡੇ ਸਾਡੀ ਚਾਹ ਹੈ ਵੀ ਅਸੀਂ ਥੋੜੀ ਗੱਲਾਂ ਨੂੰ ਥੋੜਾ ਡਿਸਕਸ ਨਹੀਂ ਕਰੀਦਾ ਬਟ ਆਪਣੇ ਮਾਂ ਮਮੀਆਂ ਨੂੰ ਆਪਣੇ ਆਪਣੀ ਡਾਟਰਸ ਦੇ ਨਾਲ ਥੋੜਾ ਬਹੁਤ ਖੁੱਲ ਕੇ ਉਹਨਾਂ ਦੇ ਨਾਲ ਡਿਸਕਸ ਵੀ ਕਰਨਾ ਜ਼ਰੂਰੀ ਹੈ ਤਾਂ ਕਰਕੇ ਉਹ ਵੀ ਥੋੜਾ ਆਪਣਾ ਸ਼ੇਅਰ ਕਰ ਸਕਣ ਅਗਰ ਨਹੀਂ ਕਰ ਦਿਆ ਕੁੜੀਆਂ ਮੰਨ ਲਓ ਕਿ ਉਹ ਨਹੀਂ ਕਰ ਦਿਆ ਤੇ ਤੁਸੀਂ ਕਿਹੜੀ ਏਜ ਵਿੱਚ ਲਾਈਕ ਅਗਰ ਕੋਈ ਇਸ਼ੂ ਹੈ ਤੇ ਆਰ ਯੂ ਰਿਕੁਆਇਰਡ ਬਾਈ ਲਾਈਕ ਵਟ ਏਜ ਡੂ ਯੂ ਹੈਵ ਟੂ ਟੈਲ ਦ ਪੇਰੈਂਟ ਐਂਡ ਐਟ ਵਟ ਏਜ ਕੈਨ ਅ ਕਿਡ Who's maybe 15 or 16? Tell you that I am, you know, maybe having intimate relationships, but I don't want my mom to know. So, I mean, how do you deal with this? So, generally, um, till till 16 uh, or 18, depending upon, the uh, parents uh, ਡਾਕਟਰ ਦੇ ਨਾਲ ਗਾਇਨਕੋਲੋਜਿਸ ਨਾਲ ਚੈੱਕ ਅਪ ਕਰਾਉਣਾ ਚਾਹੀਦਾ ਪਰ ਯੂਜੂਲੀ ਕੀ ਹੁੰਦਾ ਕਿ ਜਦੋਂ ਪੇਸ਼ੈਂਟ ਆਪਣੀ ਪੇਰੈਂਟਸ ਨਾਲ ਆਉਂਦਾ ਤੇ ਅਸੀਂ ਵੀ ਜਦੋਂ ਪੇਸ਼ੈਂਟ ਨੂੰ ਚੈੱਕ ਕਰੀਦਾ ਸਾਨੂੰ ਵੀ ਪਤਾ ਲੱਗ ਹੀ ਜਾਂਦਾ ਅਸੀਂ ਫਿਰ ਆਪਣੀ ਉਹਨਾਂ ਦੀ ਮਦਰਸ ਨਾਲ ਗੱਲ ਕਰਕੇ ਕਹਿੰਦੇ ਦੋ ਮਿੰਟ ਅਸੀਂ ਪੇਸ਼ੈਂਟ ਨਾਲ ਵੀ ਆਪਣਾ ਅਲੋਨ ਟਾਈਮ ਐਂਡ THEN ਅਸੀਂ ਦੋਨਾਂ ਦੇ ਨਾਲ ਵੀ ਗੱਲ ਕਰੀਦੀ ਉਹਦੇ ਨਾਲ ਕੀ ਹੁੰਦਾ ਕਿ ਇੱਕ ਪੇਸ਼ੈਂਟ ਨੂੰ ਵੀ ਕੰਫਰਟ ਲੈਵਲ ਹੁੰਦਾ ਹੈ ਆਪਣੇ ਡਾਕਟਰ ਦੇ ਨਾਲ ਐਂਡ ਉਹ ਆਪਣੀ ਚੀਜ਼ਾਂ ਨੂੰ ਡਿਸਕਸ ਕਰ ਸਕਦਾ ਹੈ ਥੈਨ ਵੀ ਡਿਸਕਸ ਥੈਟ ਆਪਣੇ ਆਫਿਸ ਤੇ ਜਾ ਕੇ ਜਦੋਂ ਅਸੀਂ ਜਦੋਂ ਆਪਣੀ ਬੱਚਿਆਂ ਨੂੰ ਐਗਜ਼ਾਮਿਨ ਕਰਨ ਦੇ ਬਾਅਦ ਅਸੀਂ ਆਫਿਸ ਵਿੱਚ ਮੰਮੀ ਮਦਰ ਤੇ ਡਾਟਰ ਦੇ ਨਾਲ ਬੈਟ ਕੇ ਡਿਸਕਸ ਕਰ ਲਈਦੀ ਹੈ ਚੀਜ਼ਾਂ ਬਟ ਅਗਰ ਕੋਈ ਗੱਲ ਹੈ ਜਿਸ ਤਰ੍ਹਾਂ ਕਿ ਕੋਈ ਬੱਚੀ 16 17 ਸਾਲ ਦੀ ਹੈ ਔਰ ਤੁਹਾਨੂੰ ਕਹਿ ਦਿੰਦੀ ਹੈ ਕਿ ਹਾਂ ਭਈ ਮੇਰਾ ਬੋਏਫ੍ਰੈਂਡ ਹੈ ਜਾਂ ਮੈਂ ਐ ਯੂ نو ਐ ਕੁਝ ਹੋ ਰਿਹਾ ਮੇਰੇ ਨਾਲ ਬਟ ਮੈਂ ਠੀਕ ਆ ਮੈਂ ਚੈੱਕਅਪ ਵਾਸਤੇ ਆਈ ਆ ਬਟ ਮੇਰੀ ਮਮ ਨੂੰ ਨਾ ਦੱਸਿਆ ਜਾਏ ਤੇ ਆਰ ਯੂ ਰਿਕੁਆਇਰਡ ਏਵਰੀ ਟਾਈਮ ਥੈਟ ਯੂ ਹੈਵ ਟੂ ਟੈਲ ਦ ਮਦਰ ਥੈਟ You know, your daughter has relationship or something. I mean, what is the boundary? Because these are social issues in our culture, right? That people don't open up. So how do we get help? Because kids, you know, they don't tell anything. A both sensitive issue hai. As thing nu jodu ashi deal kare na unu deal karan patient to patient di approach hundiye. Koi generally koi particular rule nahi hai ki har patient wapas same hi tarah treat ਬਟ ਯੂ ਆਲਵੇਸ ਮਤਲਬ ਅਸੀਂ ਪੇਸ਼ੈਂਟ ਨਾਲ ਗੱਲ ਕਰੀ ਦੀਏ ਫਿਰ ਮਦਰ ਨਾਲ ਗੱਲ ਕਰੀ ਦੀ ਫਿਰ ਦੋਨਾਂ ਨਾਲ ਗੱਲ ਕਰੀ ਦੀ ਅਸੀਂ ਵੀ ਨਹੀਂ ਚਾਹੁੰਦੇ ਕਿ ਅਸੀਂ ਮੰਮੀ ਤੋਂ ਕੁਝ ਹਾਈਡ ਕਰੀਏ ਪਰ ਅਸੀਂ ਉਨੀ ਕੀ ਇਨਫੋਰਮੇਸ਼ਨ ਮਦਰ ਨੂੰ ਵੀ ਦੇਣਾ ਚਾਹੁੰਦੇ ਆ ਜਿਹੜੀ ਬੱਚੇ ਨੂੰ ਅਫੈਕਟ ਕਰ ਰਹੀ ਹੈ ਜੇ ਤੇ ਬੱਚੇ ਨੂੰ ਕੋਈ ਇਨਫੋਰਮੇਸ਼ਨ ਜਿਵੇਂ ਉਹ ਬੱਚਾ ਤੁਸੀਂ ਕਿਹਾ ਕਿ ਅੱਜਕਲ ਬੱਚਾ ਜਿਵੇਂ ਸੈਕਸ਼ੂਅਲੀ ਐਕਟਿਵ ਹੈ ਪਰ ਜੇ ਉਹ ਸੈਕਸ਼ੂਅਲੀ ਐਕਟਿਵ ਜੀ ਦੇ ਨਾਲ ਬੱਚੇ ਨੂੰ ਕੋਈ ਪ੍ਰੋਬਲਮ ਨਹੀਂ ਹੈ ਤੇ ਜੈਸੀ ਮਦਰ ਨਾਲ ਨਹੀਂ ਵੀ ਡਿਸਕਸ ਕਰਾਂਗੇ ਤਾਂ ਵੀ ਠੀਕ ਹੈ ਪਰ ਜੇ ਸਪੋਜ਼ ਕਰੋ ਉਹਨੂੰ ਕੋਈ ਇਨਫੈਕਸ਼ਨ ਹੋ ਗਈ ਜਿਵੇਂ ਕੋਈ ਉਹਨੂੰ ਐਸਟੀਡੀ ਹੋ ਗਈ ਫਿਰ ਸਾਡੀ ਇਹ ਰਿਕੁਆਇਰਮੈਂਟ ਹੈ ਕਿ ਸਾਨੂੰ ਮਦਰ ਨਾਲ ਡਿਸਕਸ ਕਰਨਾ ਹੈ ਜੇ ਉਹ ਬੱਚਾ ਕੰਟਰੋਲ ਨਹੀਂ ਹੈ ਤੁਸੀਂ ਜਨਰਲੀ ਵੀ ਬੱਚਿਆਂ ਨੂੰ ਸਮਝਾ ਸਕਦੇ ਹੋ ਰਾਈਟ ਅਗਰ ਕੋਈ ਅਪਾਇੰਟਮੈਂਟ ਵਾਸਤੇ ਆ ਰਿਹਾ ਹੈ ਤੇ ਯੂ ਵਿਲ ਆਲਸੋ ਸੀ ਆਈ ਥਿੰਕ ਤਨੂੰ ਐਨਕਰੇਜਮੈਂਟ ਦੇਣੀ ਚਾਹੀਦੀ ਹੈ ਆਪਣੇ ਪੰਜਾਬੀ ਅਰ ਇੰਡੀਅਨ ਪੇਰੈਂਟਸ ਨੂੰ ਕਿ ਤੁਸੀਂ ਆਪਣੇ ਬੱਚਿਆਂ ਨੂੰ ਲੈ ਕੇ ਜਾਇਆ ਕਰੋ ਡਾਕਟਰ ਕਿਉਂਕਿ ਜੋ ਚੀਜ਼ ਉਹ ਤਨੂੰ ਸ਼ਾਇਦ ਨਹੀਂ ਦੱਸ ਰਹੇ ਸ਼ਾਇਦ ਉਹ ਡਾਕਟਰ ਨੂੰ ਦੱਸਣਗੇ ਔਰ ਕੋਈ ਬੁਰੀ ਚੀਜ਼ ਤੋਂ ਬਚਾਅ ਹੋ ਸਕਦਾ ਹੈ ਬਿਲਕੁਲ ਸਹੀ ਵੀਪਾ ਆਈ ਸੀ ਸੋ ਮੈਨੀ ਪੇਸ਼ੈਂਟਸ ਤੇ ਮੋਸਟ ਆਫ ਦਾ ਟਾਈਮ ਇਸ ਤਰ੍ਹਾਂ ਹੀ ਹੁੰਦਾ ਹੈ ਜਦੋਂ ਪੇਸ਼ੈਂਟਸ ਆਉਂਦੇ ਨੇ ਤੇ ਸਾਡੇ ਨਾਲ ਉਹ ਇੰਨੀ ਆਸਾਨੀ ਨਾਲ ਕਨੈਕਟ ਕਰ ਜਾਂਦੇ ਨੇ ਕਿ ਬਹੁਤ ਸਾਰੀਆਂ ਚੀਜ਼ਾਂ ਜਿਨ੍ਹਾਂ ਜਿਹੜੀਆਂ ਉਹਨਾਂ ਨੇ ਆਪਣੇ ਪੇਰੈਂਟਸ ਦੇ ਨਾਲ ਵੀ ਨਹੀਂ ਡਿਸਕਸ ਕੀਤੀਆਂ ਉਹ इजीली ਸਾਡੇ ਨਾਲ ਡਿਸਕਸ ਕਰ ਦਿੰਦੇ ਨੇ ਸੋ ਅਸੀਂ ਵੀ ਫਿਰ ਮੁੜ ਕੇ ਅਸੀਂ ਜਦੋਂ ਮਦਰ ਨਾਲ ਗੱਲ ਕਰੀਦੀ मोस्ट ਆਫ ਦਾ ਥਿੰਗਸ ਵੀ ਟੈਲ ਦਾ ਮਦਰ ਟੂ ਬਟ ਇਨ ਇਨ ਅ ਨਾਈਸ ਵੇ ਕੀ ਐਂਕੀ ਤਾਂ ਕਿ ਦੋਨਾਂ ਦਾ ਰਿਲੇਸ਼ਨਸ਼ਿਪ ਜਿਹੜਾ ਉਹ ਸਟਰੋਂਗਰ ਹੋਏ ਅਸੀਂ ਮਦਰ ਵੀ ਉਹਦੀ ਹੈਲਪ ਕਰਨਾ ਚਾਹੁੰਦੀ ਆ ਅਸੀਂ ਵੀ ਉਹਦੀ ਹੈਲਪ ਕਰਨਾ ਚਾਹੁੰਦੇ ਆ ਦੋਨੋਂ ਹੈ ਤੇ ਬੱਚੇ ਦੀ ਸਾਈਡ ਤੇ ਹੀ ਯਾ ਰਾਈਟ ਵੀ ਆਰ ਔਨ ਹਰ ਸਾਈਡ ਓਨਲੀ ਇਟਸ ਆਲ ਅਬਾਊਟ ਕਿ ਕਿਵੇਂ ਗੱਲ ਦਸਤੀ ਜਾਂਦੀ ਹੈ ਦੈਟਸ ਵੈਲ ਮੈਂ ਇਹ ਚੀਜ਼ ਨਾ ਜਦੋਂ ਮੇਲ ਹੈਲਥ ਦੇ ਉੱਤੇ ਟਾਪਿਕ ਕੀਤਾ ਸੀ ਤੇ ਮੈਂ ਇੱਕ ਪਰਸਨਲ ਗੱਲ ਵੀ ਸ਼ੇਅਰ ਕੀਤੀ ਸੀ ਕਿ ਮੇਰਾ ਕਜ਼ਨ ਬ੍ਰਦਰ ਜੋ ਸਿਰਫ 18 ਸਾਲ 19 ਸਾਲ ਦਾ ਸੀ ਤੇ ਉਹਦੀ ਡੈਥ ਹੋ ਗਈ ਕਿਉਂ ਹੋਈ ਬਿਕਾਜ਼ ਉਹਨੂੰ ਟੈਸਟਿਕੂਲਰ ਕੈਂਸਰ ਸੀ ਔਰ ਉਹਨੂੰ ਪੇਨ ਥੱਲੇ ਪ੍ਰਾਈਵੇਟ ਪਾਰਟਸ 'ਚ ਹੁੰਦੀ ਰ ਔਰ ਉਹਨੇ ਕਿਸੇ ਨੂੰ ਦੱਸਿਆ ਨਹੀਂ ਸ਼ਰਮੋ ਸ਼ਰਮੀ ਬਾਹਰ ਜਾ ਕੇ ਕਰੀਮ ਲਪਦਾ ਰਿਆ ਲਗਾਉਂਦਾ ਰਿਆ ਔਰ ਜਦੋਂ ਪਤਾ ਚੱਲਿਆ ਹੀ ਵਾਸ ਆਲਰੀ ਇਨ ਸਟੇਜ 4 ਕੈਂਸਰ ਐਂਡ ਹੀ ਡਾਈਡ ਔਰ ਜੋ ਚੀਜ਼ ਅਸੀਂ ਉਹਨੂੰ ਬਚਾ ਸਕਦੇ ਸੀ ਬਟ ਉਹ ਸ਼ਰਮੋ ਸ਼ਰਮੀ ਦੱਸਦਾ ਹੀ ਨਹੀਂ ਸੀ ਨੋਬਡੀ ਇਵਨ ਨੂ ਸੋ ਆਮ ਟਾਕਿੰਗ ਅਬਾਊਟ ਦਿਸ ਵਿਦ ਯੂ ਸੋ ਮਾਚ ਬਿਕਾਜ਼ ਮੈਨੂ ਲਗਦਾ ਹੈ ਕਿ ਕਿੰਨੀਆਂ ਚੀਜ਼ਾਂ ਜੋ ਸਾਡੀ ਕਮਿਊਨਿਟੀ ਚ ਗੱਲਬਾਤ ਨਹੀਂ ਹੁੰਦੀ ਔਰ ਬਾਅਦ ਵਿੱਚ ਯੂ نو ਕਿੰਨੀਆਂ ਪ੍ਰੋਬਲਮਸ ਆਂਦੀਆਂ ਨੇ ਸੋ ਸਾਡੀ ਅਵੇਅਰਨੈਸ ਬਹੁਤ ਜ਼ਰੂਰੀ ਹੈ ਹਾਂ ਕਈ ਵਾਰ ਇਸ ਤਰ੍ਹਾਂ ਆਈ ਥਿੰਕ ਗਾਇਨੋਕੋਲੋਜੀ ਇਸ ਇੱਕ ਸਮਾਲ ਜੀ ਇਨਫੈਕਸ਼ਨ ਜਿਵੇਂ ਤੁਸੀਂ ਹੁਣੇ ਗੱਲ ਕੀਤੀ ਐਸਟੀਡੀ ਦੀ ਤੇ ਜਿਵੇਂ ਇੱਕ ਉਹਨਾਂ ਚੋਂ ਇੱਕ ਐਸਟੀਡੀ ਵੈਰੀ ਕਾਮਨ ਇੱਕ ਕਲੈਮੀਡੀਆ ਕਈ ਵਾਰ ਕੀ ਹੁੰਦਾ ਕਿ ਪੇਸ਼ੈਂਟ ਆਪਣੀ ਮਮੀਆਂ ਨੂੰ ਨਹੀਂ ਦੱਸਦੇ ਮਦਰਸ ਨੂੰ ਐਂਡ THEN ਦੇ ਡੋਨਟ ਗੈਟ ਟ੍ਰੀਟਡ ਫਿਰ ਕੀ ਹੁੰਦਾ ਕਿ ਕੱਲ ਨੂੰ ਜਦੋਂ ਵੈਨ ਦੇ ਗੋ ਟੂ ਦ दे कांट कंसीव क्योंकि जेडी क्लैमिडिया जे ਤੁਹਾਡਾ ਟ੍ਰੀਟਮੈਂਟ ਨਹੀਂ ਹੋਏਗਾ ਤੇ ਤੁਹਾਡੀ ਟਿਊਬ ਦੀ ਬਲੌਕੇਜ ਹੋ ਜਾਏਗੀ ਜੇ ਤੁਹਾਡੀ ਟਿਊਬ ਦੀ ਬਲੌਕੇਜ ਹੋ ਜਾਏਗੀ ਕੱਲ ਨੂੰ ਪ੍ਰੈਗਨਨਸੀ ਦਾ ਮੁਸ਼ਕਿਲ ਹੋਏਗਾ ਤੇ ਉਹ ਜਿਹੜੀ ਚੀਜ਼ ਦੋ ਟੈਬਲੈਟਸ ਨਾਲ ਟ੍ਰੀਟ ਹੋ ਸਕਦੀ ਸੀ ਉਹ ਹੁਣ ਲਾਈਫਟੈਂਕ ਇਸ਼ੂ ਬਣ ਗਿਆ ਡਾਕਟਰ ਗੋਤਰਾ ਦੈਟਸ ਵਾਈਟਸ ਵੈਰੀ ਇੰਪੋਰਟੈਂਟ ਟੂ ਫਾਲੋਅ ਅਪ ਡਾਕਟਰ ਗੋਤਰਾ ਤੁਸੀਂ ਆਮ ਰੀਸੈਂਟਲੀ ਇੱਕ ਲੇਡੀ ਜੋ ਸਾਡੀ ਕਮਿਊਨਿਟੀ ਚ ਟੀਚਰ ਸੀ ਉਹਨੂੰ ਓਵਰੀਅਨ ਕੈਂਸਰ ਸੀ ਔਰ ਉਹ 6 ਮਹੀਨੇ ਦੇ ਅੰਦਰ ਅੰਦਰ ਸੀ ਪਾਸਟ ਅਵੇ ਕਿਉਂਕਿ ਬਹੁਤ ਲੇਟ ਸਟੇਜ ਤੇ ਉਹਨੂੰ ਪਤਾ ਚੱਲਿਆ ਸੋ ਤੁਸੀਂ ਆਈਓ ਸੁਜੈਸਟ ਕਰੋਗੇ ਨਾ ਕਿ ਹਰ ਔਰਤ ਨੂੰ ਵਾਂਸ ਅイヤー ਚੈੱਕ ਅਪ ਕਰਾਉਣਾ ਚਾਹੀਦਾ ਸੋ ਥੈਟ ਕੋਈ ਵੀ ਚੀਜ਼ ਅਗਰ ਬਿਲਡ ਅਪ ਹੋ ਰਹੀ ਹੈ ਤੇ ਉਹ ਫੜੀ ਜਾਏ ਯੈਸ ਯੈਸ ਜਨਰਲੀ ਮੈਂ ਆਪਣੀ ਪ੍ਰੈਕਟਿਸ ਵਿੱਚ ਪੇਸ਼ੈਂਟ ਜਦੋਂ ਰੂਟੀਨ ਐਨੂਅਲ ਚੈੱਕ ਅਪ ਲਈ ਆਉਂਦੇ ਨੇ ਅਸੀਂ ਆਪਣੀ ਪ੍ਰੈਕਟਿਸ ਵਿੱਚ ਰੂਟੀਨ ਬਣਾਇਆ ਕਿ ਅਸੀਂ ਉਹਨਾਂ ਦਾ ਪੈਲਵਿਕ ਅਲਟਰਾਸਾਉਂਡ ਵੀ ਕਰਾਈਦਾ ਹੈ Very you wouldn't good. believe कि ऐसी मतलब उस routine checkup एचसी कई चीजें हैं जो यहाँ भी pick की थीं याने जो patient ने कर दी सो मत imagine भी नहीं की थी याने सो क्यों था wow. so, कि if you treat them early जीवन तुष्य होने क्या उस six month वो था life life hmm. time रहा hmm. से things would have been treated early yeah. ਅਸੀ ਮੈਡੀਕਲ ਫੀਲਡ ਇਜ਼ ਵੈਰੀ ਐਡਵਾਂਸ ਸੋ ਥਿੰਗਸ ਕੁਡ ਗੇਟ ਈਜ਼ੀਲੀ ਡਾਕਟਰ ਗੋਤਰਾ ਤੁਸੀਂ ਇੰਨਾ ਅੱਛਾ ਇਨਫੋਰਮੇਸ਼ਨ ਸਾਨੂੰ ਅੱਜ ਦਿੱਤਾ ਹੈ ਆਈ ਥਿੰਕ ਕਿ ਸਾਨੂੰ ਜ਼ਰੂਰ ਇੱਕ ਫਾਲੋਅ ਅਪ ਐਪੀਸੋਡ ਵੀ ਅਸੀਂ ਪਲਾਨ ਕਰਾਂਗੇ ਬਿਕਾਜ਼ देयर ਇਜ਼ so much to talk about but for now um we want to thank you so much for coming on our show and giving us so much information ਅਸੀਂ ਈ ਵਿਊਅਰਸ ਨੂੰ ਤੁਹਾਡੀ ਇਨਫੋਰਮੇਸ਼ਨ ਸਾਰੀ ਦਵਾਂਗੇ ਬਿਕਾਜ਼ ਆਈ ਥਿੰਕ ਬਹੁਤ ਲੋਕ benefited karange so thank you so much dr gotra and it was a pleasure having you on our show thank you so much dr bibasingh thank you for having me it was really nice to discuss some of the issues which are very very common te onanu kai vari gal vi nahi kiti jati so i am very glad ki tusi ena chizaanu got out kita so taaki patient nu understand ho sake so thank you so much thank you